ਉਹਦੀ ਪੂਰੀ ਜਿਹੜੀ ਹੈਗੀ ਹੈ ਅਰਨਿੰਗ ਸੋਰਸ ਜਿਹੜੀ ਹੈ ਉਹ ਤੁਸੀਂ ਵਿਖਾਓ। ਉਸ ਤੋਂ ਬਾਅਦ ਇਹ ਮੈਚ ਕੀਤੀ ਜਾਂਦੀ ਹੈ ਅਸਦੀਪ, ਇਹ ਮੈਚ ਕੀਤਾ ਜਾਂਦਾ ਹੈ ਕਿ ਕਿਹੜੇ ਕਿਹੜੇ ਕਿੰਨੇ ਕਿੰਨੇ ਪੈਸੇ ਲੱਗੇ ਨੇ, ਕਿਸ ਤਰ੍ਹਾਂ ਦੀ ਇਨਵੈਸਟਮੈਂਟ ਹੋਈ ਹੈ। ਉਸ ਤੋਂ ਬਾਅਦ ਜਿਹੜੀ ਹੈਗੀ ਪੂਰੀ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਜੇਕਰ ਉਹ ਰੇਸ਼ੀਓ ਜਿਹੜੀ ਹੈ ਜੇਕਰ ਉਹ ਅੱਗੇ ਪਿੱਛੇ ਹੁੰਦੀ ਹੈ ਉਸ ਤੋਂ ਬਾਅਦ ਦੁਬਾਰਾ ਤੋਂ ਮੇਜ਼ਰਮੈਂਟ ਕੀਤੀ ਜਾਂਦੀ ਹੈ। ਇਹ ਬਹੁਤ ਵੱਡਾ ਇੱਕ ਪ੍ਰੋਸੈਸ ਹੈਗਾ ਵਿਜੀਲੈਂਸ ਦਾ, ਜਿਹਨੂੰ ਲੈ ਕੇ ਲਗਾਤਾਰ ਜਿਹੜੀ ਅਧਿਕਾਰੀਆਂ ਦੀ ਇੱਕ ਟੀਮ ਜਿਹੜੀ ਇਹਦੇ ਵਿੱਚ ਕੰਮ ਕਰਦੀ ਹੈ, ਆਏ ਤੋਂ ਵੱਧ ਸੰਪਤੀ ਮਾਮਲੇ 'ਚ ਲਗਾਤਾਰ ਕੰਮ ਕਰਦੀ ਹੈ। ਜੇਕਰ ਲੱਗਦਾ ਹੈ ਕਿ ਜ਼ਿਆਦਾ ਜਿਹੜੀ ਹੈਗੀ ਇਹਦੇ ਵਿੱਚ ਹੋਈ ਹੈ, ਰੇਸ਼ੋ ਜਿਹੜਾ ਹੈਗਾ ਜ਼ਿਆਦਾ ਹੋਇਆ, ਉਸ ਤੋਂ ਬਾਅਦ ਜਿਹੜੀ ਕਾਰਵਾਈ ਬਣਦੀ ਹੈ ਉਹ ਕੀਤਾ ਜਾਂਦਾ। ਜਿਹੜਾ ਅਸੀਂ ਪਿੱਛੇ ਵੀ ਦੇਖਿਆ, ਚਾਹੇ ਉਹ ਬੜੇ ਮੰਤਰੀ ਵੱਡੇ ਜਿਹੜੇ ਲੈਵਲ ਦੇ ਮੰਤਰੀ ਹੈ, ਕੈਬਨਿਟ ਮਿਨਿਸਟਰ ਨੇ, ਵਿਧਾਇਕ ਨੇ, ਉਹਨਾਂ ਦੇ ਜਿਹੜੇ ਹੈਗੀ ਕਾਰਵਾਈ ਵੀ ਕੀਤੀ ਗਈ ਹੈ। ਤਾਂ ਕਹਿ ਸਕਦੇ ਹਾਂ ਕਿ ਅੱਜ ਇੱਥੇ ਪਹੁੰਚੇ ਨੇ ਬ੍ਰਹਮ ਮਹਿੰਦਰਾ। ਕਰੀਬ 10 ਵਜੇ ਦਾ ਸਮਾਂ ਸੀਗਾ ਜਦ ਉਹ ਇੱਥੇ ਪਹੁੰਚੇ ਹੈ। ਹਾਲਾਂਕਿ ਹਜੇ ਤੱਕ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ, ਜਦ ਆਉਣਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਲੇਕਿਨ ਜਿਹੜਾ ਪ੍ਰੋਸੈਸ ਹੈ, ਜਿਹੜੀ ਡਾਕੂਮੈਂਟੇਸ਼ਨ ਹੈ, ਉਹ ਪੂਰੀ ਜਿਹੜੀ ਹੈਗੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਂਦੀ ਹੈ। ਹੁਣ ਬ੍ਰਹਮ ਮਹਿੰਦਰਾ ਨੂੰ ਕਿਸ ਤਰ੍ਹਾਂ ਦੇ ਕੁਐਸਚਨ, ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੁੰਦਾ ਹੈ ਕਿ ਜਿਹੜੀ ਵਿਜੀਲੈਂਸ ਨੂੰ ਵਿਜੀਲੈਂਸ ਕੋਲ ਜਿਹੜੀ ਇੱਕ ਲਿਸਟ ਤਿਆਰ ਕੀਤੀ ਗਈ ਹੈ, ਕਿਉਂਕਿ ਜਦ ਵੀ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਇੱਕ ਪੂਰਾ ਵਿਜੀਲੈਂਸ ਵੱਲੋਂ ਇੱਕ ਪੂਰਾ ਕੰਮ ਕੀਤਾ ਜਾਂਦਾ ਹੈ, ਇੱਕ ਪੂਰਾ ਹੋਮਵਰਕ ਕੀਤਾ ਜਾਂਦਾ ਹੈ, ਇੱਕ ਪੂਰੀ ਲਿਸਟ ਤਿਆਰ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਮੰਤਰੀ ਨੇ ਜਿਨ੍ਹਾਂ 'ਤੇ ਸ਼ਿਕਾਇਤ ਆਈ ਹੋਈ ਹੈ ਇਹਨਾਂ 'ਤੇ ਇਹ ਜਿਹੜੇ ਹੈਗੀ ਇਨਵੈਸਟਮੈਂਟ ਹੈਗੀ ਹੈ, ਇਹ ਪ੍ਰੋਪਰਟੀ ਹੈਗੀ ਹੈ, ਇਹ ਫਾਰਮ ਹਾਊਸ ਹੈਗਾ। ਉਸ ਤੋਂ ਬਾਅਦ ਉਹਨਾਂ ਤੋਂ ਡਾਕੂਮੈਂਟੇਸ਼ਨ ਮੰਗੇ ਜਾਂਦੇ ਨੇ, ਡਾਕੂਮੈਂਟੇਸ਼ਨ ਮੰਗਣ ਤੋਂ ਬਾਅਦ ਫਿਰ ਉਹਨਾਂ ਨੂੰ ਸੰਮਨ ਦਿੱਤਾ ਜਾਂਦਾ ਜਿਹੜਾ ਬ੍ਰਹਮ ਮਹਿੰਦਰਾ ਨੂੰ ਦਿੱਤਾ ਗਿਆ। ਔਰ ਹੁਣ ਅੱਜ ਜਿਹੜੀ ਪੁੱਛਗਿੱਛ ਹੈ ਉਹ ਲਗਾਤਾਰ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ, ਕਰੀਬ ਘੰਟੇ ਦਾ ਸਮਾਂ ਹੋ ਚੱਲਿਆ ਤੇ ਹੁਣ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਸੀਨੀਅਰ ਜਿਹੜੇ ਆਫੀਸਰ ਨੇ ਵਿਜੀਲੈਂਸ ਦੇ ਜਿਹੜੇ ਸੀਨੀਅਰ ਆਫੀਸਰ ਨੇ ਉਹ ਅੰਦਰ ਮੌਜੂਦ ਨੇ ਤੇ ਲਗਾਤਾਰ ਜਿਹੜਾ ਹੈਗਾ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਸੰਗਰੂਰ 'ਚ ਵਿਜੇਇੰਦਰ ਸਿੰਗਲਾ ਨੂੰ ਵੀ ਬੁਲਾਇਆ ਗਿਆ ਹੈ, ਉਹਨਾਂ ਨੂੰ ਵੀ ਆਏ ਤੋਂ ਵੱਧ ਸੰਪਤੀ ਮਾਮਲੇ 'ਚ ਸੰਮਨ ਦਿੱਤਾ ਗਿਆ ਸੀ, ਉਹਨਾਂ ਨੂੰ ਵੀ ਜਾਂਚ ਵਾਸਤੇ ਬੁਲਾਇਆ ਗਿਆ ਸੀ। ਕਹਿ ਸਕਦੇ ਹਾਂ ਕਿ ਵਿਜੀਲੈਂਸ ਦਾ ਜਿਹੜਾ ਇਨਵੈਸਟੀਗੇਸ਼ਨ ਪੂਰੀ ਜਾਣਕਾਰੀ ਦੇ ਲਈ। ਵਿਜੀਲੈਂਸ ਦਫ਼ਤਰ ਮੋਹਾਲੀ ਦੀਆਂ ਤਸਵੀਰਾਂ ਮੇਰੇ ਸਹਿਯੋਗੀ ਦਿਖਾ ਰਹੇ ਸੀ, ਜਿੱਥੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਸ ਵੇਲੇ ਸਵਾਲ ਜਵਾਬ ਕੀਤੇ ਜਾ ਰਹੇ ਨੇ। ਪਿਛਲੇ ਤਕਰੀਬਨ 1 ਘੰਟੇ ਤੋਂ ਇਹ ਪੁੱਛਗਿੱਛ ਜਾਰੀ ਹੈ। ਆਮਦਨ ਤੋਂ ਵੱਧ ਜਾਇਦਾਦ ਦਾ ਪੂਰਾ ਮਾਮਲਾ ਹੈ। ਉਧਰ ਵਿਜੇਂਦਰ ਸਿੰਗਲਾ ਨੂੰ ਸੰਗਰੂਰ ਦਫ਼ਤਰ ਦੇ ਵਿੱਚ ਸੱਦਿਆ ਗਿਆ ਹੈ। ਸਾਬਕਾ PWD ਮਿਨਿਸਟਰ ਨੇ ਵਿਜੇਂਦਰ ਸਿੰਗਲਾ, ਜਿਨ੍ਹਾਂ ਤੋਂ ਵਿਜੀਲੈਂਸ ਪੁੱਛਗਿੱਛ ਕਰੇਗੀ। ਕਤਾਰ ਲੰਬੀ ਹੈ, ਕਈ ਸਾਰੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਜਿਨ੍ਹਾਂ ਦੇ ਖਿਲਾਫ਼ ਜਾਂਚ ਵੀ ਜਾਰੀ ਹੈ ਜਾਂ ਫਿਰ ਜਾਂਚ ਹੋ ਰਹੀ ਹੈ। ਚਰਨਜੀਵ ਕੌਸ਼ਲ ਮੇਰੇ ਸਹਿਯੋਗੀ ਸੰਗਰੂਰ ਤੋਂ ਜੁੜੇ ਨੇ। ਚਰਨਜੀਵ, ਕੀ ਕੁਝ ਜਾਣਕਾਰੀ ਵਿਜੇਂਦਰ ਸਿੰਗਲਾ, ਜੋ ਜਾਣਕਾਰੀ ਮਿਲ ਰਹੀ ਹੈ ਕਿ ਅਜੇ ਤੱਕ ਵਿਜੀਲੈਂਸ ਦਫ਼ਤਰ ਨਹੀਂ ਪਹੁੰਚੇ, ਕੀ ਉਹਨਾਂ ਨੂੰ ਕੋਈ ਸਮਾਂ ਵਿਜੀਲੈਂਸ ਦੇ ਵੱਲੋਂ ਦਿੱਤਾ ਗਿਆ ਹੈ, ਕੀ ਪੂਰੀ ਜਾਣਕਾਰੀ? ਬਿਲਕੁਲ, ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਤੱਕ ਵਿਜੇਂਦਰ ਸਿੰਗਲਾ ਦਫ਼ਤਰ ਵਿਜੀਲੈਂਸ ਦੇ ਨਹੀਂ ਪਹੁੰਚੇ, ਕੋਈ ਸਮਾਂ ਨਹੀਂ। ਅੱਜ ਦੇ ਦਿਨ ਉਹਨਾਂ ਨੂੰ ਬੁਲਾਇਆ ਗਿਆ ਸੀ, ਪਰ ਜੋ ਹੁਣ ਤੱਕ ਜਾਣਕਾਰੀ ਹੈ ਕਿ ਹੁਣ ਤੱਕ ਵਿਜੇਂਦਰ ਸਿੰਗਲਾ ਵਿਜੀਲੈਂਸ ਦਫ਼ਤਰ ਨਹੀਂ ਪਹੁੰਚੇ। ਸੂਤਰਾਂ ਤੋਂ ਪਤਾ ਲੱਗਿਆ ਕਿ ਅਜੇ ਤੱਕ ਉਹ ਪਟਿਆਲਾ ਹੀ ਨੇ, ਫਿਲਹਾਲ ਉਹ ਪਟਿਆਲਾ ਰਹਿ ਰਹੇ ਨੇ ਤੇ ਅਜੇ ਤੱਕ ਪਟਿਆਲਾ ਹੀ ਨੇ, ਇਹ ਜਿਹੜੀ ਜਾਣਕਾਰੀ ਨਿਕਲ ਕੇ ਆ ਰਹੀ ਆ। ਤੁਹਾਨੂੰ ਦੱਸ ਦਈਏ ਕਿ ਅੱਜ ਦੇ ਦਿਨ ਸਵਾਲ ਜਵਾਬਾਂ ਦੇ ਲਈ ਵਿਜੇਂਦਰ ਸਿੰਗਲਾ ਨੂੰ ਵਿਜੀਲੈਂਸ ਸੰਗਰੂਰ ਦੇ ਵੱਲੋਂ ਬੁਲਾਇਆ ਗਿਆ, ਪਰ ਫਿਲਹਾਲ ਹੁਣ ਤੱਕ ਵਿਜੇਂਦਰ ਸਿੰਗਲਾ ਸੰਗਰੂਰ ਨਹੀਂ ਪਹੁੰਚੇ। ਜਾਣਕਾਰੀ ਹੈ ਕਿ ਆਉਣ ਦੀ ਉਹਨਾਂ ਦੀ ਉਮੀਦ ਜ਼ਰੂਰ ਹੈਗੀ ਆ ਕਿ ਅੱਜ ਉਹਨਾਂ ਨੇ ਆਉਣਾ, ਪਰ ਫਿਲਹਾਲ ਹਜੇ ਤੱਕ ਨਹੀਂ ਪਹੁੰਚੇ। ਕੀ ਕੀ ਸਵਾਲ ਹੋਣਗੇ, ਕੀ ਕੀ ਜਾਣਕਾਰੀ ਉਹਨਾਂ ਤੋਂ ਬਿਜ਼ਨਸ ਵਿਭਾਗ ਲਊਗਾ, ਉਹਨਾਂ ਦੇ ਉੱਪਰ ਆਮਦਨ ਤੋਂ ਜ਼ਿਆਦਾ ਜਿਹੜੀ ਉਹਨਾਂ ਦੇ ਕੋਲ ਰੱਖਣ ਦੇ ਜਿਹੜੇ ਉਹ ਜ਼ਰੂਰ ਜਿਹੜੇ ਲਗਾਏ ਗਏ ਨੇ ਇਲਜ਼ਾਮ, ਕੀ ਤਾਂ ਵਿਜੇਂਦਰ ਸਿੰਗਲਾ ਉਹਨੂੰ ਬਿਲਕੁਲ ਅੱਜ ਬਿਜ਼ਨਸ ਵਿਭਾਗ ਦੇ ਵੱਲੋਂ ਬੁਲਾਇਆ ਗਿਆ, ਪਰ ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਵਿਜੇਂਦਰ ਸਿੰਗਲਾ ਹਜੇ ਤੱਕ ਬਿਲਕੁਲ ਜਿਹੜੇ ਬਿਜ਼ਨਸ ਦਫ਼ਤਰ ਨਹੀਂ ਪਹੁੰਚੇ ਹੈਗੇ। ਜੀ, ਸ਼ੁਕਰੀਆ ਚਰਨਜੀਤ ਪੂਰੀ ਜਾਣਕਾਰੀ ਦੇ ਲਈ। ਤਾਂ ਅਜੇ ਤੱਕ ਵਿਜੇਂਦਰ ਸਿੰਗਲਾ ਸੰਗਰੂਰ ਦੇ ਵਿਜੀਲੈਂਸ ਦਫ਼ਤਰ ਨਹੀਂ ਪਹੁੰਚੇ, ਵਿਜੀਲੈਂਸ ਦੇ ਵੱਲੋਂ ਅੱਜ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ। ਲੇਕਿਨ ਸੂਤਰਾਂ ਦੇ ਹਵਾਲੇ ਨਾਲ ਜਿਵੇਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ ਅਜੇ ਤੱਕ ਉਹ ਪਟਿਆਲਾ ਦੇ ਵਿੱਚ ਹੀ ਨੇ, ਅਜੇ ਵਿਜੀਲੈਂਸ ਦਫ਼ਤਰ ਦੇ ਵਿੱਚ ਨਹੀਂ ਪਹੁੰਚੇ। ਉਧਰ ਬਹੁਤ ਕਰੋੜੀ ਡਰੱਗ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਜਗਦੀਸ਼ ਭੋਲਾ ਅੱਜ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਹੈ। ਕੁਝ ਘੰਟਿਆਂ ਦੇ ਲਈ ਰਾਹਤ ਮਿਲੀ ਹੈ। ਗਿੱਦੜਬਾਹਾ ਦੇ ਹਸਪਤਾਲ ਦੇ ਵਿੱਚ ਇਸ ਵੇਲੇ ਆਪਣੀ ਮਾਂ ਦੇ ਨਾਲ ਮੁਲਾਕਾਤ ਕਰ ਰਿਹਾ ਜਗਦੀਸ਼ ਭੋਲਾ। ਸਖ਼ਤ ਪਹਿਰੇ ਦੇ ਵਿੱਚ ਉਸਨੂੰ ਕਪੂਰਥਲਾ ਜੇਲ੍ਹ ਤੋਂ ਗਿੱਦੜਬਾਹਾ ਲਿਆਂਦਾ ਗਿਆ ਹੈ। ਹਾਈਕੋਰਟ ਤੋਂ ਜਗਦੀਸ਼ ਭੋਲੇ ਨੂੰ ਕੁਝ ਘੰਟਿਆਂ ਦੀ ਰਾਹਤ ਮਿਲੀ ਹੈ। 6 ਘੰਟਿਆਂ ਦੀ ਰਾਹਤ ਹਾਈਕੋਰਟ ਨੇ ਦਿੱਤੀ ਹੈ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੀ ਰਾਹਤ ਮਿਲੀ ਹੈ। ਲੇਕਿਨ ਪੁਖਤਾ ਸੁਰੱਖਿਆ ਦੇ ਵਿੱਚ ਪੁਲਿਸ ਪਹਿਰੇ ਦੇ ਵਿੱਚ ਉਸਨੂੰ ਗਿੱਦੜਬਾਹਾ ਲਿਆਂਦਾ ਗਿਆ ਹੈ। ਗਿੱਦੜਬਾਹਾ ਦੇ ਵਿੱਚ ਹਸਪਤਾਲ ਦੇ ਵਿੱਚ ਉਸਦੀ ਬਿਮਾਰ ਮਾਂ ਐਡਮਿਟ ਹੈ। ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਜਗਦੀਸ਼ ਭੋਲਾ ਨੂੰ ਕਪੂਰਥਲਾ ਜੇਲ੍ਹ ਤੋਂ
गिद्दड़बाहा लिया गया है। गिद्दड़बाहा के हस्पताल जगदीश भोला की माता एडमिट है, जिथे वह इस वे अपनी माता नाल मुलाकात कर रहे हैं। जगदीश भोला आखिर है कौन? बौ करोड़ी ड्रग केस का मुख दोषी है, पंजाब पुलिस दे विच डीएसपी सी जगदीश भोला, जिस दी तस्वीरां असीं दिखा रहे हां ते अज उसनू राहत मिली है। साबका कौमांतरी रैसलर है, रैसलिंग दे लई उसनू अर्जुन अवार्ड भी मिलिया सी। पंजाब पुलिस दे विच डीएसपी तैनात सी, लेकिन 2012 दे विच पुलिस तो बर्खास्त किया गया। बौ करोड़ी ड्रग केस का मास्टर माइंड जगदीश भोला, नवंबर 2013 दे विच भोला नू गिरफ्तार किया गया ते 2019 दे विच 24 साल की उसनू सजा सुनाई गई। तो हुण जगदीश भोला नू अज फिलहाल कुछ घंटे की राहत मिली है। बीमार मां जो हस्पताल दे विच इस वेले दाखिल है, उस दे नाल मुलाकात दे लई 6 घंटिया की राहत कोर्ट ने दिती है। तो तस्वीरें असं दिखा रहे हैं जगदीश भोला दियां, बीमार मां नूं मिलण दे लई कोर्ट ने कुछ घंटिया की राहत दी है। सूरज पान मेरे सहयोगी जुड़े ने। सूरज की कुछ पूरी जानकारी तुहाडे कोल, तस्वीरां भी असं दिखा रहे हैं जो हस्पताल दे विच जगदीश भोला नूं लिजाया गया। सख्त पुलिस पहरे दे विच असीं इह तस्वीरां दिखा रहे हैं, जो सख्त पुलिस पहरे दे विच उसनूं हस्पताल लिजाया गया है। की कुछ होर जानकारी कि इस हस्पताल दे विच ही अगले 6 घंटे तक जगदीश भोला रुकेगा? बिल्कुल, कोर्ट ने राहत जरूर दी, अज मां नूं मिलन दा मौका दिता है, क्योंकि इन्हां दी मदर सी काफी बीमार सी, पैरालाइज उन्होंने होया सी और गिद्दड़बाहा दे निजी हॉस्पिटल दे विच भर्ती सी, तां करके कोर्ट ने उसनूं आधार मानते हुए इसनूं परोल दी है। शाम 4 बजे तक इत्थे रहणगे, कुछ घंटे अपनी मां दे नाल बिताउणगे और मां दे नाल भोला मिल के काफी भावुक भी होए ने, क्योंकि काफी टाइम तो बाद अपनी मां नूं मिलन दा मौका मिलिया। सिर्फ मां नहीं, परिवार दे होर मैंबर भी ने, चाचे तायां दे मुंडे आ जां रिश्तेदार ने, काफी उन्होंने भी तांता लग्या होया मिलने का। पर दूसरे पास सुरक्षा के इंतजाम करड़े किए हुए हैं, क्योंकि मनयोग कोर्ट ने कहा कि सुरक्षा च कोई चूक नहीं होनी चाहिए, काफी वड्डी गिणती विच पुलिस के इंतजाम ने वो बंदोबस्त किए हुए हैं, तां करके हुण आपदी मां दे नाल बंद कमरे दे विच बैठ के गल्लां-बातां कर रहे हैं और भावुक भी भोला नजर आ रहे थे। आखिरकार इन्ने लंबे समय तो बाद आखिर मां ते पुत दा जिहड़ा मेल होया हैगा और इस तो बाद मिलन तो बाद आखिरकार भोले नूं दोबारा जेल दे विच ही जाना होगा, पर फिलहाल अजे भोला ਆਪਦੀ ਮਾਂ ਜਾਂ ਆਪਦੇ ਰਿਸ਼ਤੇਦਾਰਾਂ ਨਾਲ ਬੈਠ ਕੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ। ਜੀ ਜੀ ਜੀ, ਸ਼ੁਕਰੀਆ ਸੂਰਜ, ਪੂਰੀ ਜਾਣਕਾਰੀ ਦੇ ਲਈ। ਗਿੱਦੜਬਾਹਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਜਗਦੀਸ਼ ਭੋਲਾ ਨੂੰ ਲਿਜਾਇਆ ਗਿਆ ਹੈ। ਜਗਦੀਸ਼ ਭੋਲਾ ਦੀ ਬਿਮਾਰ ਮਾਤਾ, ਜਿਵੇਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ ਲੰਬੇ ਸਮੇਂ ਤੋਂ ਬਿਮਾਰ ਹੈ ਤੇ ਮਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਹੀ ਕੋਰਟ ਨੇ ਕੁਝ ਘੰਟਿਆਂ ਦੀ ਰਾਹਤ ਦਿੱਤੀ ਹੈ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੇ ਲਈ ਇਹ ਰਾਹਤ ਮਿਲੀ ਹੈ। ਇਸੇ ਹਸਪਤਾਲ ਦੇ ਵਿੱਚ ਆਪਣੀ ਮਾਂ ਦੇ ਨਾਲ ਸਮਾਂ ਬਿਤਾਉਣਗੇ। ਪਰਿਵਾਰਕ ਮੈਂਬਰਾਂ ਨੂੰ ਵੀ ਜਗਦੀਸ਼ ਭੋਲਾ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ। ਬੌ ਕਰੋੜੀ ਸਿੰਥੈਟਿਕ ਡਰੱਗ ਕੇਸ ਦਾ ਮੁੱਖ ਦੋਸ਼ੀ ਜਗਦੀਸ਼ ਭੋਲਾ, ਜਿਸ ਨੂੰ ਅੱਜ ਕੁਝ ਸਮੇਂ ਦੇ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਹੈ। ਖਬਰ ਮੋਗਾ ਤੋਂ ਹੈ ਜਿੱਥੇ ਨੌਜਵਾਨ ਸ਼ਰੇਆਮ ਨਸ਼ਾ ਕਰਦੇ ਨਜ਼ਰ ਆ ਰਹੇ ਨੇ। ਕੋਟ ਈਸੇ ਖਾਂ ਦੇ ਮੇਨ ਚੌਕ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਚੌਕ ਦੇ ਵਿਚਾਲੇ ਬੈਠ ਕੇ ਇੱਕ ਨੌਜਵਾਨ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ, ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ। ਪੁਲਿਸ ਫਿਲਹਾਲ ਨੌਜਵਾਨ ਦੀ ਭਾਲ ਕਰ ਰਹੀ ਹੈ। ਤਸਵੀਰਾਂ ਮੋਗਾ ਦੀਆਂ ਨੇ, ਸ਼ਹਿਰ ਦੇ ਵਿੱਚ ਚੌਕ ਦੇ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਾਊਂਡ ਅਬਾਊਟ ਹੈ, ਇੱਕ ਚੌਕ ਹੈ ਜਿੱਥੇ ਸ਼ਰੇਆਮ ਨੌਜਵਾਨ ਬੈਠ ਕੇ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਨਜ਼ਰ ਆ ਰਿਹਾ ਹੈ। ਮੋਗਾ ਦੀਆਂ ਤਸਵੀਰਾਂ ਨੇ, ਕੋਟ ਈਸੇ ਖਾਂ ਮੇਨ ਚੌਕ ਦੀ ਇਹ ਵੀਡੀਓ ਹੈ ਜੋ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਨੌਜਵਾਨ ਦੀ ਭਾਲ ਕਰ ਰਹੀ ਹੈ। ਦੀਪਕ ਸਿੰਗਲਾ ਮੇਰੇ ਸਹਿਯੋਗੀ ਜੁੜੇ ਨੇ। ਦੀਪਕ, ਕੀ ਕੁਝ ਇਸ ਤਸਵੀਰ ਦੇ ਬਾਰੇ ਜਾਣਕਾਰੀ? ਕਿਤੇ ਨਾ ਕਿਤੇ ਇਹ ਜ਼ਰੂਰ ਇਹਨਾਂ ਤਸਵੀਰਾਂ ਤੋਂ ਸਮਝ ਆ ਰਿਹਾ ਹੈ ਕਿ ਨੌਜਵਾਨ ਨਸ਼ੇ ਦੇ ਵਿੱਚ ਇੰਨਾ ਕੁ ਗਰਕ ਹੋ ਚੁੱਕਿਆ ਹੈ ਕਿ ਉਸਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਬੈਠਾ ਹੈ। ਬਿਲਕੁਲ ਅਰਸ਼ਦੀਪ, ਜਿਹੜੀ ਇੱਕ ਕੋਟੀ ਸਿੱਖਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜੀ ਮੇਨ ਚੌਂਕ ਦੇ ਵਿੱਚ ਬਹਿ ਕੇ ਜਿਹੜਾ ਇੱਕ ਸ਼ਖਸ ਹੈ ਜਿਹੜਾ ਟੀਕਾ ਲਗਾ ਰਿਹਾ। ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕੋਟੀ ਸਿੱਖਾਂ ਪਿੰਡ ਦੇ ਆਲੇ ਦੁਆਲੇ ਜਿਹੜਾ ਇੱਕ ਦੁਆਲੇ ਵਾਲਾ ਪਿੰਡ ਹੈ ਜਿਹੜਾ ਨਸ਼ੇ ਲਈ ਕਾਫੀ ਬਦਨਾਮ ਹੈ, ਇਸ ਕੋਟੀ ਸਿੱਖਾਂ ਦੇ ਮੇਨ ਚੌਂਕ ਦੇ ਵਿੱਚ ਬਹਿ ਕੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਕਿ ਸੱਚ ਟੀਕਾ ਲਗਾ ਰਿਹਾ। ਹਾਲਾਂਕਿ ਪੁਲਿਸ ਦਾ ਤਰਕ ਹੈ ਕਿ ਇਸ ਨੌਜਵਾਨ ਦੀ ਜਿਹੜੀ ਹੈ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਹਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨਸ਼ੇ ਦਾ ਟੀਕਾ ਲਗਾ ਰਿਹਾ। ਲੇਕਿਨ ਦੂਜੇ ਪਾਸੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ, ਅਗਰ ਇਸ ਤਰ੍ਹਾਂ ਦੀ ਫੁਟੇਜ ਸਾਹਮਣੇ ਆਉਂਦੀ ਹੈ, ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ, ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਕਿ ਇਹ ਸ਼ਖਸ ਵਿੱਚੋਂ ਵਿੱਚ ਇੱਕ ਚੌਂਕ ਦੇ ਵਿੱਚ ਜਿਹੜਾ ਮੇਨ ਚੌਂਕ ਹੁੰਦਾ, ਜਿਹੜਾ ਰਾਊਂਡ ਅਬਾਊਟ ਹੁੰਦਾ,
उस चौंक दे विच बैठ के टीका लगा रहा और किसी ने इसकी वीडियो बनाई और वायरल कर दी और देखना हो गया कि इसे पुलिस की कार्रवाई करती है क्योंकि शरेआम अगर गल की जाए तो थाना भी कुछ ही दूरी पर है और आम तौर पर अगर देखा जाए तो चौंकों के पुलिस हमेशा तैनात रहती है नाके भी लगे रहते हैं लेकिन दिन दिहाड़े ये शख्स सरे बाजार के चौंक च बह के एक टीका लगा रहा हालांकि जांच का विषय है कि यह टीका किहड़ा है लेकिन जिस तरह यह टीका लगा रहा उस तो यह भी चुटलाया नहीं जा सकता कि यह टीका कदा लादा होगा अगर इसकी जरूरत है आस पास हॉस्पिटल है उत्थे जाके भी लगवा सकता है लेकिन जिस तरह चौंक के बह के टीका लगा रहा एक वड्डा सवाल है इस चीज से कि चौंक के शरेआम बह के टीका लगा रहा अर्शदीप जी बिल्कुल सवाल कई तरह के ने फिलहाल दे लई शुक्रिया दीपक पूरी जानकारी दे लई मोगा दीआं तस्वीरां ने पुलिस पता लगा रही है कि नौजवान कौन है पिता ते भैण दे नाल सड़क ते बच्चा जा रहा सी 6 साल बच्चे का गोलियां मार के कतल कर दिता गया सी पहली सीसीटीवी एक्सक्लूसिव तस्वीरां न्यूज 18 दे उत्ते दिखा रहे हैं पहली सीसीटीवी है जिस दे विच हमलावर साफ नजर आ रहे ने एक ने टोपी पाई हुई है ते दूसरे ने परना बनिया होया है एक बच्चा छोटा जिहा बच्चा तुसी देख सकते हो कि किस तरीके दे नाल मासूम बच्चा अपनी भैन ते अपने पिता दे नाल मस्ती करता होया सड़क ते जा रहा है दो हमलावर नजर आ रहे ने एक ने काले रंग की टोपी पाई हुई है ते दूसरे ने सरदई रंग का परना बनिया होया है ते दोवें कातल नजर आ रहे ने सीसीटीवी फुटेज दे विच हालांकि गोलियां चलाते हुए इस दे विच नजर नहीं आ रहे लेकिन पहली सीसीटीवी है मेरे सहयोगी पहला जानकारी दे रहे थे कि पूरा पिंड सीसीटीवी कैमरों के नाल लैस है तो होर भी सीसीटीवी तस्वीर सामने आ जाएगियां कल दियां ये तस्वीर ने जदों पिता जसप्रीत सिंह दे नाल बच्चा उदयवीर ते नाल अपनी भैन दे नाल ओ सड़क के उत्ते जा रहा है एक्सक्लूसिव तस्वीर सिर्फ न्यूज 18 पंजाब के उत्ते दिखा रहे हैं 6 साल बच्चे का गोलियां मार के कतल किया गया है सीसीटीवी तस्वीर च साफ नजर आ रहा है कि बच्चा किस तरीके दे नाल मस्ती करता होया सड़क से जा रहा है जिस समय इस वारदात को अंजाम दिता गया हमलावरों के वालों गोलियां चलाई गई पिता से बच्ची बच गए लेकिन उदयवीर के सिर च गोली लगी है बच्चे का कतल कर दिता गया 6 साल के मासूम बच्चे का कतल किया गया पहली सीसीटीवी तस्वीर इस वे न्यूज 18 से दिखा रहे हैं एक्सक्लूसिव तस्वीर सब तो पहला न्यूज 18 पंजाब के उत्ते दोवें हमलावर नजर आ रहे हैं एक ने काले रंग की टोपी पाई हुई है तो दूसरे दे सरदई रंग का परना बनिया होया बुलेट मोटरसाइकिल से दोवे आए सी जिन्हां दे वल्लों गोलियां चलाई गई ने शक भी पिंड दे लोकां ते ही जताया जा रहा है पिता दे नाल उदयवीर जांदा होया नजर आ रहा है तो दूसरे पासे हमलावरां दीआं तस्वीरां सामने आईआं ने जो सीसीटीवी ये तस्वीर सामने आई है इस दे विच पिता उदयवीर ते उसदी भैण तिन्ने जांदे नजर आ रहे ने बच्चा मस्ती करता जा रहा है तो अगे गोलियां चलाई गई ने तो उत्थों अगे इस सीसीटीवी दे सामने मोटरसाइकिल फिर मुड़दा नजर आ रहा है तो गोलियां चलाने की सीसीटीवी नहीं है लेकिन उसे लोकेशन की सीसीटीवी है जिते हमला होया है ते दोवें हमलावर सीसीटीवी तस्वीरां च कैद हुए ने बुलेट मोटरसाइकिल ते सवार सी एक ने काले रंग की टोपी पहनी हुई है ते दूसरे ने सरदई रंग का परना बनिया होया है दोवें हमलावर सीसीटीवी तस्वीरां दे विच नजर आ रहे ने तो होर भी सीसीटीवी तस्वीरां सामने आ सकदियां ने क्योंकि मेरे सहयोगी पहला जानकारी दे रहे सी कि पूरे पिंड दे विच सीसीटीवी लगे हुए ने तां इह हमलावर कौन ने उसकी पछाण करन दे विच पुलिस नूं इस तों मदद जरूर मिलेगी पिंड दे ही लोकां ते शक जताया जा रहा है तो यह तस्वीरां ने हालांकि जो काली टोपी वाला शख्स है जो मोटरसाइकिल चला रहा है जो बुलेट मोटरसाइकिल चला रहा है उसने चेहरे ते रुमाल बनिया होया है जो तस्वीरां सामने आई ने पहली सीसीटीवी तस्वीर दिखा रहे हैं सिर्फ न्यूज 18 पंजाब के उत्ते जिस दे विच हमलावर नजर आ रहे ने दोवां ने एक ने चिट्टे रंग की शर्ट पाई हुई है तो एक ने चिट्टे रंग की टी शर्ट पाई हुई है एक ने काली टोपी पाई है तो दूसरे ने सरदई रंग का परना बनिया होया है दोवें हमलावर ने जिन्हां ने गोलियां चलाईयां तो गोली 6 साल के मासूम उदयवीर के सिर च जा लगी 6 साल बच्चे का कतल इन्हां दे वल्लों किया गया है तो पुलिस इन्हां दी भाल कर रही है लेकिन पहली सीसीटीवी तस्वीर सामने आई है जिस दे नाल पुलिस नूं इन्हां हमलावरां तक पहुंचण च मदद मिलेगी मस्ती दे विच उदयवीर जा रहा सी लेकिन उस तों कुछ ही पलां दे बाद गोलियां चलाईयां गईयां जिसका शिकार उदयवीर हो गया 6 साल बच्चे का गोलियां मार के कल कतल कर दिता गया सी ते हुणे पहली सीसीटीवी तस्वीर सामने आई है मानसा दे पिंड कोटली कलां दी वारदात है
ਤਾਂ ਫਿਲਹਾਲ ਅਜੇ ਤੱਕ 4 ਲੋਕਾਂ ਤੇ ਮਾਮਲਾ ਦਰਜ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਲਦ ਹੀ ਹਮਲਾਵਰਾਂ ਨੂੰ ਫੜ ਲਿਆ ਜਾਏਗਾ। ਪਹਿਲੀ ਸੀਸੀਟੀਵੀ ਤਸਵੀਰ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਬੱਚਾ ਉਦੇਵੀਰ ਆਪਣੇ ਪਿਤਾ ਤੇ ਭੈਣ ਦੇ ਨਾਲ ਜਾਂਦਾ ਦਿਖਾਈ ਦੇ ਰਿਹਾ ਹੈ। ਮਸਤੀ ਦੇ ਵਿੱਚ ਬੱਚਾ ਜਾ ਰਿਹਾ ਹੈ ਲੇਕਿਨ ਉਸ ਤੋਂ ਕੁਝ ਹੀ ਪਲਾਂ ਦੇ ਬਾਅਦ ਉਹਨਾਂ ਤੇ ਹਮਲਾ ਹੁੰਦਾ ਹੈ, ਫਾਇਰਿੰਗ ਕੀਤੀ ਜਾਂਦੀ ਹੈ ਤੇ ਉਦੇਵੀਰ ਦੇ ਸਿਰ 'ਚ ਗੋਲੀ ਲੱਗਦੀ ਹੈ। 6 ਸਾਲ ਦਾ ਬੱਚਾ ਜੋ ਹੱਸਦਾ ਖੇਡਦਾ ਜਾ ਰਿਹਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਕੁਝ ਹੀ ਪਲਾਂ ਦੇ ਬਾਅਦ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਦੇਵੀਰ ਦੇ ਸਿਰ 'ਚ ਗੋਲੀ ਵੱਜਦੀ ਹੈ। ਉਦੇਵੀਰ ਦੀ ਮੌਤ ਹੋ ਚੁੱਕੀ ਹੈ ਤੇ ਹਮਲਾਵਰ ਸੀਸੀਟੀਵੀ ਤਸਵੀਰਾਂ 'ਚ ਸਾਫ਼ ਨਜ਼ਰ ਆ ਰਹੇ ਨੇ। ਇੱਕ ਨੇ ਕਾਲੀ ਟੋਪੀ ਪਾਈ ਹੈ ਤੇ ਪਿੱਛੇ ਬੈਠੇ ਸ਼ਖਸ ਨੇ ਸਰਦਈ ਰੰਗ ਦਾ ਪਰਨਾ ਬੰਨਿਆ ਹੋਇਆ ਹੈ। ਜੋ ਅੱਗੇ ਜੋ ਬਾਈਕ ਚਲਾ ਰਿਹਾ ਹੈ, ਜੋ ਬੁਲਟ ਮੋਟਰਸਾਈਕਲ ਚਲਾ ਰਿਹਾ ਹੈ, ਉਸਨੇ ਚਿਹਰੇ ਨੂੰ ਰੁਮਾਲ ਦੇ ਨਾਲ ਟੱਕਿਆ ਹੋਇਆ ਹੈ ਤਾਂ ਇਹ ਪਹਿਲੀ ਤਸਵੀਰ ਹੈ। ਬਲਦੇਵ ਸ਼ਰਮਾ ਮੇਰੇ ਸਹਿਯੋਗੀ ਜੁੜ ਗਏ ਨੇ। ਬਲਦੇਵ, ਪਹਿਲੀ ਤਸਵੀਰ ਸਿਰਫ ਨਿਊਜ਼ 18 ਪੰਜਾਬ ਤੇ ਇਸ ਵੇਲੇ ਦਿਖਾ ਰਹੇ ਹਾਂ। ਬੱਚਾ ਬੜੀ ਮਸਤੀ ਦੇ ਵਿੱਚ ਆਪਣੇ ਪਿਤਾ ਤੇ ਭੈਣ ਦੇ ਨਾਲ ਜਾ ਰਿਹਾ ਹੈ ਲੇਕਿਨ ਉਸ ਤੋਂ ਕੁਝ ਹੀ ਪਲਾਂ ਦੇ ਬਾਅਦ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਉਹ ਫੁਟੇਜ ਨਹੀਂ ਹੈ ਲੇਕਿਨ ਹਮਲਾਵਰ ਨਜ਼ਰ ਆ ਰਹੇ ਨੇ। ਕੀ ਕੁਝ ਪੁਲਿਸ ਦਾ ਕਹਿਣਾ ਹੈ, ਕੋਈ ਪਛਾਣ ਹੁਣ ਤੱਕ ਹੋ ਪਾਈ ਹੈ? ਅਰਸ਼ਦੀਪ, ਸੀਸੀਟੀਵੀ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਦੋ ਮੋਟਰਸਾਈਕਲ ਸਵਾਰ ਪਿੱਛਾ ਕਰਦੇ ਆ ਤੇ ਉਹ ਆਪਣੇ ਜਦੋਂ ਘਰ ਨੂੰ ਜਾ ਰਹੇ ਹੁੰਦੇ ਆ ਤਾਂ ਮੋਟਰਸਾਈਕਲ ਮੋੜਦੇ ਹੋਏ ਸਾਫ਼ ਦਿਖਾਈ ਦੇ ਰਿਹਾ ਤੇ ਕੁਛ ਹੀ ਸਕਿੰਟਾਂ ਬਾਅਦ ਇਹ ਫਾਇਰਿੰਗ ਹੋ ਜਾਂਦੀ ਹੈ ਕਿਉਂਕਿ ਕੈਮਰਾ ਉੱਥੇ ਤੱਕ ਨਹੀਂ ਪਹੁੰਚਦਾ ਸੀਸੀਟੀਵੀ ਦਾ। ਇਸ ਕਰਕੇ ਪਹਿਚਾਣ ਹੈ ਜਿਹੜੀ ਉਹ ਕੀਤੀ ਗਈ ਹੈ। ਪਿੰਡ ਦੇ ਹੀ ਰਹਿਣ ਵਾਲੇ ਦੋ ਸਕੇ ਭਰਾ ਨੇ ਤੇ ਦੋ ਇਸ ਕਤਲ ਦੇ ਪਿੱਛੇ ਨੇ। ਕੁੱਲ 'ਚ 3 ਜਾਂ 4 ਲੋਕ ਪੁਲਿਸ ਫਿਲਹਾਲ ਦੱਸ ਰਹੀ ਹੈ ਤੇ ਦੋ ਸਕੇ ਭਰਾ ਪੁਲਿਸ ਨੇ ਕਨਫਰਮ ਕਰ ਦਿੱਤੇ ਹੈ ਕਿ ਸਕੇ ਭਰਾ ਇਸ ਕਤਲ ਦੇ ਵਿੱਚ ਸ਼ਾਮਿਲ ਨੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹੁਣ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਹੋਵੇਗੀ। ਜੀ ਬਲਦੇਵ, ਕੀ ਕੁਝ ਹੋਰ ਜਾਣਕਾਰੀ ਹੈ ਇਸ ਮਾਮਲੇ ਤੇ? ਕਿਉਂਕਿ ਜੇ ਪਿੰਡ ਦੇ ਹੀ ਨੇ ਤਾਂ ਕੀ ਉਹ ਪਿੰਡ ਤੋਂ ਫਰਾਰ ਨੇ? ਗ੍ਰਿਫਤਾਰੀ ਕਦੋਂ ਤੱਕ ਹੋਵੇਗੀ? ਪੁਲਿਸ ਕਹਿ ਰਹੀ ਹੈ ਕਿ ਉਹਨਾਂ ਦੇ ਹੱਥ ਸੁਰਾਗ ਲੱਗੇ, ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਓ ਕਿਉਂਕਿ ਪਿੰਡ ਦੇ ਨੇ ਚੋਰੀ ਦਾ ਮਾਮਲਾ ਤੇ ਕੁਛ ਹੋਰ ਨਜਾਇਜ਼ ਗਤੀਵਿਧੀਆਂ ਦੇ ਵਿੱਚ ਉਹ ਬੰਦੇ ਸ਼ਾਮਲ ਸੀ ਜਿਨ੍ਹਾਂ ਨੂੰ ਜਸਪ੍ਰੀਤ ਦਾ ਪਤਾ ਸੀ। ਜਸਪ੍ਰੀਤ ਦੀ ਮੋਟਰ ਤੇ ਇਹਨਾਂ ਨੇ ਚੋਰੀ ਵੀ ਕੀਤੀ ਸੀ ਜਿਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਤੇ ਉਹ ਰੋ ਰੋ ਕੇ ਜਸਪ੍ਰੀਤ ਸਿੰਘ ਕਹਿ ਰਿਹਾ ਕਿ ਜੇ ਪੁਲਿਸ ਉਦੋਂ ਕਾਰਵਾਈ ਕਰਦੀ ਤਾਂ ਸ਼ਾਇਦ ਮੇਰੇ ਬੱਚੇ ਦੀ ਜਾਨ ਨਾ ਜਾਂਦੀ ਤੇ ਲਗਾਤਾਰ ਉਹ ਇਹੀ ਰੋ ਰੋ ਕੇ ਦੁਹਾਈ ਦੇ ਰਿਹਾ ਕਿ ਪੁਲਿਸ ਨੇ ਸਮੇਂ ਰਹਿੰਦਿਆਂ ਕਾਰਵਾਈ ਨਹੀਂ ਕੀਤੀ। ਬਲਦੇਵ, ਇਹ ਵੀ ਸਮਝਣਾ ਚਾਹਾਂਗੇ ਜਿਵੇਂ ਤੁਸੀਂ ਪਹਿਲਾਂ ਜਾਣਕਾਰੀ ਦੇ ਰਹੇ ਸੀ ਕਿ ਪੂਰੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਕੋਈ ਹੋਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਸਕਦੀ ਹੈ? ਲਗਾਤਾਰ ਖੰਗਾਲ ਰਹੀ ਹੈ ਸੀਸੀਟੀਵੀ। ਜਿਵੇਂ ਹੀ ਕੋਈ ਹੋਰ ਸੀਸੀਟੀਵੀ ਹੱਥ ਲੱਗਦੀ ਹੈ ਤਾਂ ਨਿਊਜ਼ 18 ਤੇ ਪਹਿਲੀ ਵਾਰ ਉਹ ਚੱਲੇਗੀ ਕਿਉਂਕਿ ਹੁਣ ਵੀ ਸਾਡੇ ਹੱਥ ਜਿਹੜੀ ਲੱਗੀ ਉਹਦੇ 'ਚ ਦੋਸ਼ੀ ਸਾਫ਼ ਦਿਖਾਈ ਦੇ ਰਹੇ ਆ। ਪੁਲਿਸ ਹੋਰ ਕੈਮਰਿਆਂ ਤੋਂ ਵੀ ਖੰਗਾਲ ਰਹੀ ਹੈ ਸੀਸੀਟੀਵੀ, ਜਲਦ ਉਹ ਵੀ ਸਾਹਮਣੇ ਆਵੇਗੀ। ਜੀ ਸ਼ੁਕਰੀਆ ਬਲਦੇਵ ਪੂਰੀ ਜਾਣਕਾਰੀ ਦੇ ਲਈ। ਤਾਂ ਐਕਸਕਲੂਸਿਵ ਫੁਟੇਜ ਇਸ ਵੇਲੇ ਦਿਖਾ ਰਹੇ ਹਾਂ, ਪਹਿਲੀ ਸੀਸੀਟੀਵੀ ਤਸਵੀਰ ਜਿਸ ਦੇ ਵਿੱਚ ਹਮਲਾਵਰ ਨਜ਼ਰ ਆ ਰਹੇ ਨੇ ਤੇ 6 ਸਾਲ ਦਾ ਮਾਸੂਮ ਉਦੇਵੀਰ ਵੀ ਹੱਸਦਾ ਖੇਡਦਾ ਆਪਣੇ ਪਿਤਾ ਤੇ ਭੈਣ ਦੇ ਨਾਲ ਜਾ ਰਿਹਾ ਨਜ਼ਰ ਆ ਰਿਹਾ ਹੈ। ਕੁਝ ਹੀ ਪਲਾਂ ਦੇ ਬਾਅਦ ਇਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਦੇਵੀਰ ਦੇ ਸਿਰ ਦੇ ਵਿੱਚ ਗੋਲੀ ਲੱਗੀ ਜਿਸ ਦੇ ਕਾਰਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ, ਜੋ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ, ਕਿ ਪੁਲਿਸ ਕਹਿ ਰਹੀ ਹੈ ਕਿ ਦੋਵੇਂ ਸਕੇ ਭਰਾ ਨੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤੇ ਤਕਰੀਬਨ 3 ਤੋਂ 4 ਲੋਕਾਂ ਦੀ ਇਹ ਪੂਰੀ ਪਲੈਨਿੰਗ ਹੋ ਸਕਦੀ ਹੈ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਹੁਣ ਉਹਨਾਂ ਦੀ ਗ੍ਰਿਫਤਾਰੀ ਦੀ ਪੁਲਿਸ ਤਿਆਰੀ ਕਰ ਰਹੀ ਹੈ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਉੱਤੇ ਚੋਰੀ ਚਕਾਰੀ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਜਸਪ੍ਰੀਤ ਦੀ ਮੋਟਰ ਤੋਂ ਇਹਨਾਂ ਨੇ ਸਮਾਨ ਚੋਰੀ ਕੀਤਾ ਸੀ ਤੇ ਜਸਪ੍ਰੀਤ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਤੇ ਜਸਪ੍ਰੀਤ ਸਿੰਘ ਉਦੇਵੀਰ ਦੇ ਪਿਤਾ, ਉਸਦਾ ਕਹਿਣਾ ਹੈ ਕਿ ਜੇ ਪੁਲਿਸ ਉਸ ਵੇਲੇ ਕਾਰਵਾਈ ਕਰਦੀ ਤਾਂ ਉਸਦੇ ਬੱਚੇ ਦੀ ਜਾਨ ਨਾ ਗਈ ਹੁੰਦੀ। ਮਾਨਸਾ ਦੇ ਪਿੰਡ ਕੋਟਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ। ਪਹਿਲੀ ਸੀਸੀਟੀਵੀ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਵਿੱਚ ਹਮਲਾਵਰ ਨਜ਼ਰ ਆ ਰਹੇ ਨੇ, ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੋਕ ਨਜ਼ਰ ਆ ਰਹੇ ਨੇ ਜੋ ਪੁਲਿਸ ਕਹਿ ਰਹੀ ਹੈ ਕਿ ਸਕੇ ਭਰਾ ਨੇ ਇਸੇ ਪਿੰਡ ਦੇ ਹੀ ਨੇ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 6 ਸਾਲਾ ਬੱਚੇ ਦੇ ਕਤਲ ਦਾ ਇਹ ਪੂਰਾ ਮਾਮਲਾ ਹੈ। 6 ਸਾਲ ਦੇ ਉਦੇਵੀਰ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਜਦੋਂ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਦੋਵੇਂ ਹਮਲਾਵਰ ਇਸ ਸੀਸੀਟੀਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ। ਇੱਕ ਜੋ ਮੋਟਰਸਾਈਕਲ ਚਲਾ ਰਿਹਾ ਹੈ ਉਸਨੇ ਕਾਲੇ ਰੰਗ ਦੀ ਟੋਪੀ ਪਾਈ ਹੋਈ ਹੈ, ਰੁਮਾਲ ਦੇ ਨਾਲ ਚਿਹਰਾ ਟੱਕਿਆ ਹੋਇਆ ਹੈ। ਬੁਲਟ ਮੋਟਰਸਾਈਕਲ ਤੇ ਸਵਾਰ ਨੇ ਤੇ ਪਿਛਲੇ ਨੇ ਸਰਦਈ ਰੰਗ ਦਾ ਪਰਨਾ ਬੰਨਿਆ ਹੋਇਆ ਹੈ ਤੇ ਚਿੱਟੇ ਰੰਗ ਦੀ ਸ਼ਰਟ ਪਹਿਨੀ ਹੋਈ ਹੈ। ਤੇ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਹਮਲਾਵਰ ਪਛਾਣੇ ਜਾ ਰਹੇ ਨੇ। ਬੱਚਾ ਆਪਣੇ ਪਿਤਾ ਤੇ ਭੈਣ ਦੇ ਨਾਲ ਹੱਸਦਾ ਖੇਡਦਾ ਸੜਕ ਤੇ ਜਾ ਰਿਹਾ ਸੀ ਜਿਸ ਵੇਲੇ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਉਹਦੇ ਵੀਰ ਦੇ ਸਿਰ 'ਚ ਗੋਲੀ ਲੱਗੀ ਹੈ।
तस्वीरां ने 6 साल दे बच्चे दा कतल किया गया, उसका यह सारा मामला है। उदय वीर इसका नाम है और किस किस्म दे नाल गोली चलाई गई है। हालांकि हमलावर इस तस्वीरां दे विच नजर आ रहे हैं। सब तो पहला तस्वीरां दिखा रहे हैं न्यूज 18 पंजाब से कि किस किस्म दे नाल कतल किया गया है। मासूम है, 6 साल का महज मासूम है, जिसकी तस्वीर भी तुहानू नाल दिखा रहे हैं। ये बच्चे ते तरस नहीं खादा गया, दो सके भरा दसे जा रहे हैं जो हमलावर ने, जिन्होंने ये कतल किया है। और जिस किस्म के नाल इस वारदात को अंजाम दिता गया, उसकी कुछ तस्वीर एक हिस्सा असं कह सकते हैं उस वेले का जिहड़ा कैमरे दे विच कैद होया, सीसीटीवी दे विच कैद होया, जो सब तो पहला तुहानू दिखा रहे हैं। क्योंकि ये पिता दे नाल अपनी भैन दे नाल उदय वीर जा रहा सी, बहुत ज़्यादा खुशी खुशी जा रहे सन। मासूमियत जिहड़ी है बच्चों दे विच हुंदी है, तां वो सब कुछ नज़र आ रहा है। पर जिवें ही गोली मारी जाती है, सिर दे विच गोली मारी गई है उदय वीर दे, और उसनू मार दिता गया, उसका कतल कर दिता गया। और उस तो बाद हमलावर भी जिहड़े ने वो तस्वीरां दे विच कैद होए ने। सबूतों के आधार पर जिहड़ी सीसीटीवी फुटेज है वो सुभाविक तौर पर वरती जानी है। और पुलिस कदों तक इन्हां नू काबू करेगी, ये भी सवाल है। क्योंकि अजे तक ये हमलावर फरार दसे जा रहे हैं, इसे पिंड दे दसे जा रहे हैं। और इस तो इलावा साडे सहयोगी ये भी जानकारी दे रहे सी कि आखिरकार जो बच्चे का कतल है वो किया तो गया।